ਲੋਕਾਂ ਦੇ ਵਿੱਚ ਕਿੰਨੀ ਕੁ ਜਾਗਰੂਕਤਾ ਹੈ ਔਰਥੋਪੈਡਿਕਸ ਨੂੰ ਲੈ ਕੇ। ਕੈਂਪ ਦਾ ਮਕਸਦ ਇਹ ਹੈ ਕਿ ਅਸੀਂ ਪ੍ਰੋਬਲਮ ਨੂੰ ਜੜ ਤੋਂ ਪਹਿਲਾਂ ਹੀ ਪਕੜ ਲਈਏ। ਅੱਜ ਫੋਰਟਿਸ ਹਸਪੀਟਲ ਵੱਲੋਂ ਡਾਕਟਰ ਸੰਜੀਵ ਮਹਾਜਨ ਅਤੇ ਡਾਕਟਰ ਜੋਤੀ ਵੱਲੋਂ ਇੱਥੇ ਇੱਕ ਕੈਂਪ ਲਗਾਇਆ ਗਿਆ ਜੋ ਗੋਡਿਆਂ ਦੇ ਦਰਦ ਦੀ ਗੱਲ ਕਰਦੇ ਹਾਂ ਆਪਾਂ, ਜਾਂ ਅੱਜ ਗੱਲ ਕਰਦੇ ਹਾਂ ਤਾਂ ਬਜ਼ੁਰਗ ਜਿਹੜੇ ਨੇ ਸਭ ਤੋਂ ਵੱਧ ਪੀੜਿਤ ਨੇ ਇਸ ਗੱਲ ਦੇ, ਗੋਡਿਆਂ ਦਰਦ ਤੋਂ। ਅਤੇ ਇਸ ਹੋਸਪਿਟਲ ਵੱਲੋਂ ਅੱਜ ਡਾਕਟਰ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਇੱਕ ਜਿਹੜੇ ਚੈੱਕਅਪ ਕੈਂਪ ਲਗਾਇਆ ਗਿਆ ਜਿਸ 'ਚ ਪਟਿਆਲੇ ਵੱਲੋਂ ਬੜਾ ਭਰਵਾਂ ਹੁੰਗਾਰਾ ਮਿਲਿਆ। ਔਰ ਇੱਥੇ ਡਾਕਟਰ ਸਾਹਿਬ ਨੇ ਜੋ ਨਵੀਂ ਟੈਕਨੀਕਸ, ਜੋ ਸਾਇੰਸ ਨੇ ਨਿਊ ਟੈਕਨੀਕਸ ਰਿਪਲੇਸਮੈਂਟ ਦੇ ਵਿੱਚ ਆ ਗਈਆਂ ਨੇ, ਉਹਦੇ ਬਾਰੇ ਲੋਕਾਂ ਨੂੰ ਦੱਸਿਆ। ਬਹੁਤ ਸਾਰੇ ਪੇਸ਼ੈਂਟ ਐਸੇ ਨੇ ਜਿਹੜੇ ਬਿਨਾਂ ਗੋਡਾ ਬਲਾਉਣ ਤੋਂ ਵੀ ਠੀਕ ਹੋ ਸਕਦੇ ਨੇ, ਔਰ ਦਾ ਬੈਸਟ ਜਿਹੜੀ ਫੈਸਿਲਿਟੀਜ਼ ਇਸ ਹੋਸਪਿਟਲ ਨੂੰ ਪ੍ਰੋਵਾਈਡ ਕੀਤੀਆਂ। ਅਸੀਂ ਜੋ ਮੇਨ ਕੈਂਪਸ ਦਾ ਪਰਪਸ ਸਾਡਾ ਹੈ ਕਿ ਲਾਈਕ ਸੀ ਕਿ ਲੋਕਾਂ ਦੇ ਵਿੱਚ ਕਿੰਨੀ ਕੁ ਜਾਗਰੂਕਤਾ ਹੈ ਔਰਥੋਪੈਡਿਕਸ ਨੂੰ ਲੈ ਕੇ, ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਤਕਲੀਫਾਂ ਚੱਲ ਰਹੀਆਂ ਨੇ। ਅਤੇ ਮੇਨ ਹੈ ਆਪਣਾ ਕਿ ਜੋ ਜੋੜਾਂ ਦੀ ਦਰਦ, ਪੇਸ਼ੈਂਟ ਨੂੰ ਲੱਗਦਾ ਕਿ ਜੋੜਾਂ ਦੀ ਦਰਦ ਹੈ ਤਾਂ ਉਹਦਾ ਸਿਰਫ ਇਫੈਕਟ ਹੋਏਗਾ ਕਿ ਸਿਰਫ ਸਰਜਰੀਜ਼ ਹੋਣੀਆਂ। ਸੋ ਮੈਂ ਦੱਸਣਾ ਚਾਹੁੰਦੀ ਹਾਂ ਕਿ ਐਸਾ ਕੁਛ ਨਹੀਂ ਹੈ, ਕਿ ਪੇਸ਼ੈਂਟਸ ਨੂੰ ਆਪਾਂ ਮੈਡੀਸਿਨਸ ਦੇ ਨਾਲ ਵੀ ਠੀਕ ਕਰ ਸਕਦੇ ਹਾਂ, ਪੇਸ਼ੈਂਟਸ ਨੂੰ ਆਪਾਂ ਇੰਜੈਕਸ਼ਨਸ ਦੇ ਕੇ ਵੀ ਠੀਕ ਕਰ ਸਕਦੇ ਹਾਂ। ਅਤੇ ਜੋ ਫਾਈਨਲ ਡਿਸੀਜ਼ਨ ਹੈ ਪੇਸ਼ੈਂਟ ਦਾ ਕਿ ਜਿੱਥੇ ਰਿਪਲੇਸਮੈਂਟ ਰਿਕੁਆਇਰਡ ਹੈ ਤਾਂ ਰਿਪਲੇਸਮੈਂਟ ਹੀ ਅਸੀਂ ਦੱਸਦੇ ਹਾਂ। ये फोर्टिस हॉस्पिटल लुधियाना की तरफ से ना यहाँ पे पटियाला क्लब में ये कैंप लगाया गया है डॉक्टर संजीव महाजन का। तो यहाँ जिन जिन को इशू है नीज़ का, पेन्स के, तो इन लोगों को काफ़ी बेनिफिट मिला है, पटियाला के लोगों को काफ़ी बेनिफिशियल रहा है, यहाँ पे सब खा रहे हैं। तो डॉक्टर, मेरा नाम रेनू वालिया है, तो मैं इतने अपने पेन है मेरी लैग्स विच ਉਹਨੂੰ ਦਿਖਾਉਣ ਚੈੱਕ ਵਾਸਤੇ ਆਈ ਹੈ। ਅਤੇ ਇੱਥੇ ਵਧੀਆ ਅਰੇਂਜਮੈਂਟ ਹੈ ਸਾਰਾ, ਅੱਜ ਕੱਲ੍ਹ ਜਿਹੜੀਆਂ ਟੈਕਨੀਕਸ ਆ ਰਹੀਆਂ ਨੇ ਵਧੀਆ ਨੇ, ਅਤੇ ਮੈਂ ਇਹਨਾਂ ਟੈਕਨੀਕਸ ਨਾਲ ਸਹਿਮਤ ਹਾਂ। ਇੱਦਾਂ ਜੀ, ਮੇਰੇ ਪ੍ਰੋਬਲਮ ਸੀਗੀ, ਸਾਡਾ ਪੈਰਾਂ 'ਚ ਦਰਦ ਸੀਗਾ ਸ਼ੂਗਰ ਦੇ ਕਰਕੇ ਵੀ, ਅਤੇ ਉਂਝ ਵੀ ਮੇਰੇ ਮਣਕਿਆਂ ਦਾ ਫਰਕ ਸੀਗਾ। ਡਾਕਟਰ ਸਾਹਿਬ ਨੇ ਬਿਲਕੁਲ ਸਹੀ ਦੇਖਿਆ ਅਤੇ ਗਾਈਡੈਂਸ ਸਹੀ ਦਈ ਹੈ ਬਿਲਕੁਲ ਮੈਨੂੰ। ਸਰ, ਮੇਰਾ ਨਾਮ ਸੁਖਵੀਰ ਕੌਰ ਹੈ ਜੀ, ਅਤੇ ਮੈਨੂੰ ਨਾ ਰਾਈਟ ਗੁੱਡ ਦੇ ਵਿੱਚ ਪ੍ਰੋਬਲਮ ਹੈ, ਅਤੇ ਜਿਸ ਤਰ੍ਹਾਂ ਸਟੈਂਡਿੰਗ ਕੋਈ ਕੰਮ ਕਰਦੇ ਘੰਟਾ ਦੋ ਘੰਟੇ ਅਤੇ ਪੇਨ ਹੋਣ ਲੱਗ ਜਾਂਦਾ। ਫਿਰ ਡਾਕਟਰ ਸਾਹਿਬ ਦਾ ਪਤਾ ਲੱਗਿਆ ਸੀ, ਅਤੇ ਤਾਂ ਅਸੀਂ ਇੱਥੇ ਇਹਨਾਂ ਕੋਲ ਆਏ ਸੀਗੇ, ਅਤੇ ਡਾਕਟਰ ਸਾਹਿਬ ਬੜੇ ਮਤਲਬ ਅੱਛੇ ਹੈ ਅਤੇ ਬੜੇ ਨਾਈਸ ਤਰੀਕੇ ਦੇ ਨਾਲ ਸਾਰਿਆਂ ਨੂੰ ਕਰ ਰਹੇ ਹੈ। ਮੈਂ ਡਾਕਟਰ ਸੰਜੀਵ ਮਹਾਜਨ, ਫੋਰਟਿਸ ਹੋਸਪਿਟਲ ਲੁਧਿਆਣਾ 'ਚ ਡਾਇਰੈਕਟਰ ਔਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ ਆ। ਅੱਜ ਦਾ ਕੈਂਪ ਫੋਰਟਿਸ ਔਰ ਪਟਿਆਲਾ ਕਲੱਬ ਨੇ ਔਰਗਨਾਈਜ਼ ਕੀਤਾ, ਜਿਹਦੇ 'ਚ ਫੋਰਟਿਸ ਮੈਨੇਜਮੈਂਟ ਦਾ ਪਲੱਸ ਮਿਸਟਰ ਮੈਨੀ, ਗਗਨ ਮੈਨੀ ਦਾ ਕਾਫੀ ਸਹਿਯੋਗ ਰਿਹਾ। ਸਾਡਾ ਪਰਪਸ ਇਸ ਕੈਂਪ ਦਾ ਹੈਗਾ ਕਿ ਅਸੀਂ ਪਟਿਆਲਾ ਦੇ ਲੋਕਾਂ ਨੂੰ ਇੱਕ ਕੈਂਪ ਮੈਂਬਰਸ ਨੂੰ ਇੱਕ ਸਹੂਲੀਅਤ ਦਈਏ, ਤਾਂ ਕਿ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਨੀ ਜੁਆਇੰਟ ਰਿਲੇਟਿਡ ਜਾਂ ਹਿਪ ਜੁਆਇੰਟ ਰਿਲੇਟਿਡ ਜਾਂ ਸਪਾਈਨ ਰਿਲੇਟਿਡ ਕੋਈ ਵੀ ਪ੍ਰੋਬਲਮਸ ਹੈ, ਉਹਨਾਂ ਨੂੰ ਅਸੀਂ ਇੱਥੇ ਦੇਖ ਕੇ ਉਹਨਾਂ ਨੂੰ ਰਾਈਟ ਗਾਈਡੈਂਸ ਦੇ ਸਕੀਏ। ਪਰਪਸ ਇਹੀ ਰਹਿੰਦਾ ਕਿ ਠੀਕ ਟਾਈਮ 'ਤੇ ਐਡਵਾਈਸ ਦੇਵਾਂਗੇ ਅਤੇ ਠੀਕ ਟਾਈਮ 'ਤੇ ਟ੍ਰੀਟਮੈਂਟ ਹੋਏਗਾ, ਤਾਂ ਕਿ ਪ੍ਰੋਬਲਮਸ ਵਧਣ ਨਾ। ਜਾਂ ਆਉਣ ਵਾਲਾ ਟਾਈਮ ਤਾਂ ਨਿਊ ਟੈਕਨੋਲੋਜੀ ਵਾਲਾ ਹੀ ਹੈ, ਔਰ ਫੋਰਚੁਨੇਟਲੀ ਫੋਰਟਿਸ ਲੁਧਿਆਣਾ 'ਚ ਸਾਡੇ ਕੋਲ ਇਸ ਟਾਈਮ ਰੋਬੋਟਿਕ ਸਰਜਰੀ ਫੈਸਿਲਿਟੀ ਅਵੇਲੇਬਲ ਹੈ, ਜਿਹਦੇ ਕਰਕੇ ਇਹ ਟੈਕਨੀਕ ਜੋ ਹੈ ਪੇਸ਼ੈਂਟ ਫਰੈਂਡਲੀ ਬਹੁਤ ਹੈ। ਇਹਦੇ ਨਾਲ ਪੇਸ਼ੈਂਟਸ ਨੂੰ ਪੇਨ ਘੱਟ ਹੁੰਦੀ ਹੈ, ਅਰਲੀ ਰਿਕਵਰੀ ਹੋ ਜਾਂਦੀ ਹੈ। ਅਗਰ ਕੋਈ ਵੀ ਅਸੀਂ ਜੁਆਇੰਟ ਰਿਪਲੇਸ ਕਰਦੇ ਹਾਂ ਅਤੇ ਉਹਦੀ ਜੁਆਇੰਟ ਦੀ ਅਲਾਈਨਮੈਂਟ, ਉਹਦੀ ਬਾਡੀ 'ਚ ਐਕਸੈਪਟੈਂਸ ਵੱਧ ਜਾਂਦੀ ਹੈ, ਉਹਦੀ ਜਿਹੜੀ ਲੌਂਜੀਵਿਟੀ ਹੈ ਇੰਪਲਾਂਟ ਦੀ, ਜਿਹੜੀ ਲਾਈਫ ਹੈ ਇੰਪਲਾਂਟ ਦੀ, ਉਹ ਵੀ ਬਹੁਤ ਵੱਧ ਜਾਂਦੀ ਹੈ। ਇਹ ਕਾਮਨ ਪ੍ਰੋਬਲਮ ਹੈ ਜਿਹਦੇ ਕਰਕੇ ਲੋਕ ਡਰਦੇ ਰਹਿੰਦੇ ਆ। ਸਾਡਾ ਕੈਂਪ ਦਾ ਮਕਸਦ ਇਹ ਹੈ ਕਿ ਅਸੀਂ ਪ੍ਰੋਬਲਮ ਨੂੰ ਜੜ ਤੋਂ ਪਹਿਲਾਂ ਹੀ ਪਕੜ ਲਈਏ, ਇਹਨੂੰ ਇੰਨਾ ਨਾ ਵਧਣ ਦੀਏ ਕਿ ਉਹਦੀ ਸਰਜਰੀ ਕਰਨੀ ਪਏ। ਅਗਰ ਅਸੀਂ ਠੀਕ ਟਾਈਮ 'ਤੇ ਕੋਈ ਵੀ ਚੀਜ਼ ਦਾ ਇਲਾਜ ਕਰਾ ਲੈਂਦੇ ਹਾਂ ਅਤੇ ਓਪਰੇਸ਼ਨ ਤੱਕ ਦੀ ਨੌਬਤ ਨਹੀਂ ਆਉਂਦੀ। ਕੁਛ ਅਰਲੀ ਸਟੇਜਿਸ ਦੇ ਵਿੱਚ ਕੁਛ ਐਕਸਰਸਾਈਜ਼, ਕੁਛ ਮੈਡੀਸਿਨਸ, ਕੁਛ ਲਾਈਫ ਸਟਾਈਲ ਚੇਂਜਿਸ ਦੱਸ ਕੇ ਪੇਸ਼ੈਂਟ ਨੂੰ ਸੀਵੀਅਰਿਟੀ ਆਫ ਡਿਜ਼ੀਜ਼ ਤੋਂ ਅਸੀਂ ਬਚਾ ਸਕਦੇ ਹਾਂ। ਬੇਸਿਕ ਪਰਪਸ ਇਹੀ ਹੈ ਕਿ ਉਹ ਸਰਜਰੀ ਸਾਰਿਆਂ ਨੂੰ ਜ਼ਰੂਰਤ ਨਾ ਪਏ, ਔਰ ਅਗਰ ਠੀਕ ਟਾਈਮ 'ਤੇ ਕੋਈ ਇਲਾਜ ਹੋ ਜਾਂਦਾ, ਠੀਕ ਗਾਈਡੈਂਸ ਮਿਲ ਜਾਏਗੀ, ਤਾਂ ਡੈਫੀਨੇਟਲੀ ਕਾਫੀ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਔਰ ਸਰਜਰੀ ਦਾ ਰੇਟ ਘੱਟ ਜਾਏਗਾ। ਅਸੀਂ ਹਰ ਚੀਜ਼ ਦੇ ਵਿੱਚ ਬੈਟਰ ਹਾਂ ਜੀ, ਫੈਸਿਲਿਟੀ ਵਾਈਜ਼, ਟੈਕਨੋਲੋਜੀ ਵਾਈਜ਼, ਐਜ ਅ ਸਰਜਨ ਸਪੈਸ਼ਲਿਸਟ ਵਾਈਜ਼ ਆਪਣਾ ਐਕਸਪਰਟੀਜ਼ ਬਹੁਤ ਅੱਛਾ ਹੈ ਐਜ਼ ਫਾਰ ਐਜ਼ ਮੈਡੀਕਲ ਫੈਸਿਲਿਟੀਜ਼ ਕੰਸਰਨ, ਔਰ ਪੇਸ਼ੈਂਟ ਫਰੈਂਡਲੀ ਹੈ। ਪੇਸ਼ੈਂਟ ਜੋ ਹੈ, ਜੋ ਵੀ ਆਉਂਦੇ ਹੈ, ਸਾਡੀ ਪੇਸ਼ੈਂਟ ਸੈਂਟ੍ਰਿਕ ਅਪਰੋਚ ਹੈ, ਤਾਂ ਕਿ ਕੋਈ ਵੀ ਪੇਸ਼ੈਂਟ ਸਾਡੇ ਤੋਂ ਨਾਰਾਜ਼ ਹੋ ਕੇ ਨਾ ਜਾਏ, ਜੋ ਵੀ ਜਾਏ ਖੁਸ਼ ਹੋ ਕੇ ਜਾਏ, ਰਾਜ਼ੀ ਹੋ ਕੇ ਜਾਏ।
बहुत अच्छा रिस्पॉन्स है। कुछ लोगों को तो डेफिनेटली सर्जरी की जरूरत है, पर काफ़ी लोग ऐसे भी हैं जिड़े सिर्फ दवाइया नाल ठीक एडवाइस सुन के ही प्रॉबेबली अगर वो फॉलो कर लेंगे हैं तो उन्होंने लाइफ स्टाइल और उन्होंने प्रॉब्लम्स तो उन्होंने निजात मिल जाएगा। पटियाला क्लब जो बारादरी के स्थित है, इन्हों के जो प्रबंधक ने गगन मैणी जी तो उन्होंने साथी ने जोड़े सहयोगी ने उन्होंने वालों ऑर्गनाइज किया गया। इस कैंप का जोड़ा मुख्य मकसद ही यह भी जोड़े लोग इन इस बीमारी तो थोड़ा डरते ने जिन्हें मन च खौफ है भी वह खौफ क्या जाए और इस बीमारी आम बीमारियों को लेकर जल्दी इसका इलाज संभव किया जा सके।